मोगा के कस्बा निहाल सिंह वाला के बिलासपुर में पड़ती हड्डा रोड़ी जिस पर तकरीबन 17 गौधन के कटे हुए शव मिले हैं, जिससे सारे एरिया में मायूसी का माहौल है। और पुलिस के एसएसपी गुरप्रीत सिंह तू ने अपनी टीम के साथ मौके पर पहुंचकर इस मामले में लोगों को काबू कर लिया। और इस मौके पर हेल्थ डिपार्टमेंट की टीम ने पहुंचकर सभी पशुओं के पोस्टमार्टम के लिए उनको वहां से ले गए। और पुलिस आगे इस मामले में गहराई से जाँच कर रही है। इस मौके पर गौ सेवा संगठन जिला प्रधान सतनाम सिंह ने बताया कि ये हमारे एरिया में बहुत दुखद घटना हुई है, ऐसा करने वाले लोगों पर सख्त कार्रवाई होनी चाहिए और सरकार को भी इस अब ध्यान देना चाहिए ताकि ऐसी घटनाएं भविष्य में ना हो सके। इसके बाद हमारे ब्यूरो ने गौ रक्षा बोर्ड के चेयरमैन कीमती भगत से भी बात की तो उन्होंने इस दुखदायी घटना पर अपना दुख प्रकट करते हुए कहा कि ये बहुत ही दुखद घटना है, लेकिन उन्होंने इसमें सरकार के रोल का भी व्याख्यान किया जो कि रोंगटे खड़े कर देने वाला है। जब उन्होंने फोन पर कहा कि इसमें बोर्ड पुलिस को कुछ नहीं कह सकती और पुलिस के खिलाफ एक्शन भी नहीं ले सकती कि उनके एरिया में ये सब कैसे हुआ। मोगा से बिट्टू पुरवा। पुलिस की नलाकी है, एदा जिड़ा कोई भी है ना, स्लॉटर को रोकना जड़ी ये तो पुलिस की ड्यूटी है, ठीक है ना। पुलिस नो समय समय सर डीजीपी नो मीटिंग विच असी अपने नो इंडिकेशन दिते ने भी एरिया सेंसिटिव है ने ऐसे ऐसे है ना इन पॉइंटा उत्ते सख्ती की जाए। हूँ पुलिस की विच भी तुहानू पता ही है जिहड़ा राज भाग भी है जिहड़ा अकाली दल है उन्हां दी सोच भी कोई गौ माता दे प्रति बहुत श्रद्धा वाली नहीं है, ठीक है ना। उन्हां दी सोच कट्टरवादी सोच अपने सिस्टम दे विच आ गई है। उन्हां दी सोच जे श्रद्धा वाली होवे ते गऊ दा भला होना सी, ठीक है ना। हुण उन्हां ने जिहड़ा साडा कमीशन भी बनाया उस भी कई तरह के दूजिया कमीशन जिते साडे च अंतर हैगा। साडे कमीशन कोल डीजीपी विच मैंबर ते जरूर हैगे ने, उन्हां ने डीजीपी नूं लाया पर असीं उन्हां दे खिलाफ कोई कारवाई नहीं कर सकदे। फॉर एग्जाम्पल जे छोटा कर लिया पर ਜਦੋਂ ਅਸੀਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ, ਮੰਨ ਲਓ ਨਹੀਂ ਤੇ ਜਿੱਦਾਂ ਗੁਜਰਾਤ ਕਮਿਸ਼ਨ ਕੋਲ ਪਾਵਰ ਹੈਗੀ ਹੈ ਵੀ ਉਹ ਐਸ ਐਸ ਪੀ ਨੂੰ ਵੀ ਸਸਪੈਂਡ ਜਾਂ ਐਸ ਐਚ ਓ ਨੂੰ ਵੀ ਜਿਹਦੀ ਤੋਂ ਨੈਗਲੈਜੈਂਸੀ ਪਾਈ ਜਾਂਦੀ ਹੈ ਉਹਦਾ ਲਿਖ ਕੇ ਭੇਜ ਦਿੰਦੇ, ਉਹ ਕਾਰਵਾਈ ਕਰਦੇ ਨੇ। ਕਿਉਂਕਿ ਉਹ ਸਟੀਮਿਸ ਉੱਥੇ ਦੇ ਹਿੰਦੂ ਨੇ ਜਿਹੜੇ ਇਸ ਸੰਸਕ੍ਰਿਤੀ ਨੂੰ ਮੰਨਣ ਵਾਲੇ ਲੋਕ ਨੇ, ਬਿਲਕੁਲ ਹੁਣ ਇੱਥੇ ਇਹ ਸੰਸਕ੍ਰਿਤੀ ਨੂੰ ਸਨਾਤਨ ਨੂੰ ਪੁਰਾਤਨ ਨੂੰ ਤੇ ਉਹ ਕੋਈ ਬਹੁਤਾ ਮੰਨਦੇ ਨਹੀਂ। ਆਪਣੀ ਗੱਲ ਤੇ ਕੱਟੜ ਵਾਰਤਾ ਦੇ ਵਿੱਚ ਨੇ ਸਾਡੇ ਮੰਤਰੀ ਹੈ ਗੁਲਜ਼ਾਰ ਸਿੰਘ ਰਾਣੀਖੇ, ਉਹਨੇ ਘਰ ਦੇ ਵਿੱਚ ਮੁੰਦਰੀ ਪਾਈ ਹੈ ਤੇ ਉਹਦੇ ਮੁੰਡੇ ਨੇ ਮੂਲੀ ਬੱਧੀ, ਉਹਨੂੰ ਉਹ ਕਰ ਰਹੇ ਨੇ ਕਿ ਇਹਨੂੰ ਕਾਲ ਤਖ਼ਤ ਉੱਤੇ ਤਲਬ ਕਰੋ। ਲੋਕਾਂ ਨੇ ਮੂਲੀ ਤੇ ਮੁੰਦਰੀ ਕਿਉਂ ਪਾਈ ਹੈ, ਨੱਕ ਕਿਉਂ ਪਾਇਆ, ਇਹ ਤੇ ਪੰਡਤਾਂ ਦੇ ਵਿੱਚ ਮੰਨਦਾ ਉਹਨਾਂ ਨੂੰ। ਮੰਨ ਲਓ ਮੂਲੀ ਤੇ ਮੰਦਭਾਗੀ ਘਟਨਾ ਆ ਜਿਹੜਾ ਕਿ ਨਿਆਲ ਸਿੰਘ ਵਾਲਾ ਏਰੀਏ ਦੇ ਵਿੱਚ ਸਾਡਾ ਪਿੰਡ ਪੈਂਦਾ ਭਾਗੀਕੇ ਦੇ ਬਿਲਾਸਪੁਰ, ਉਹਦੇ ਵਿਚਕਾਰ ਜਿਹੜੀ ਹੱਡਾ ਰੋੜੀ ਸੀਗੀ ਉਹਦੇ ਵਿੱਚ ਅਸੀਂ ਵੇਖਿਆ ਬਈ ਕੁਝ ਜਿਹੜੀਆਂ ਹੈਗੇ ਪਸ਼ੂਆਂ ਦੇ ਉਹਨਾਂ ਦੇ ਉਹਨਾਂ ਨੂੰ ਕੱਟਿਆ ਪਾਇਆ ਗਿਆ। ਔਰ ਮੈਂ ਇੱਥੇ ਵਿਸ਼ੇਸ਼ ਤੌਰ 'ਤੇ ਦੱਸਣਾ ਚਾਹੁੰਦਾ ਕਿ ਹਿੰਦੂ ਜਿਹੜੀ ਕਾਓ ਸੁਰੱਖਿਆ ਕਮੇਟੀ ਹੈ ਉਹਦੇ ਅਹੁਦੇਦਾਰਾਂ ਨੇ ਸਾਨੂੰ ਬਹੁਤ ਮਹੱਤਵਪੂਰਨ ਸੂਚਨਾ ਦਿੱਤੀ ਔਰ ਸਾਨੂੰ ਲੀਡ ਕੀਤਾ। ਉਹਨਾਂ ਦੀ ਮਦਦ ਨਾਲ ਪੁਲਿਸ ਨੇ ਪਲੈਨਿੰਗ ਕਰਕੇ 8 ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ, ਮੁਕੱਦਮਾ ਅਸੀਂ ਦਰਜ ਕਰ ਲਿਆ ਔਰ ਕੇਸ ਦੀ ਤਫਤੀਸ਼ ਬਹੁਤ ਚੰਗੇ ਤਰੀਕੇ ਨਾਲ ਕੀਤੀ ਜਾਏਗੀ। ਜਦੋਂ ਇਹ ਬਹੁਤ ਮੱਧਭਾਗੀ ਘਟਨਾ ਹੈ ਵੀ ਇੱਕ ਧਰਮ ਦੇ ਨਾਂ 'ਤੇ ਲੋਕ ਇੱਕ ਗੰਦਾ ਧੰਦਾ ਕਰਦੇ ਨੇ, ਸਰਕਾਰਾਂ ਨੂੰ ਵੀ ਇਸ ਚੀਜ਼ 'ਤੇ ਕਰਨਾ ਚਾਹੀਦਾ ਵੱਧ ਤੋਂ ਵੱਧ ਪ੍ਰਬੰਧ ਵੀ ਇਹ ਕਤਲਖਾਨੇ ਨਾ ਜਾਣ, ਨਾ ਇਹਨਾਂ ਨੂੰ ਵੱਢ ਕੇ। ਪਹਿਲਾਂ ਦੇਖੋ ਤੁਸੀਂ ਜਿਉਂਦੀਆਂ ਲੈ ਕੇ ਜਾਂਦੇ ਸੀਗੇ, ਹੁਣ ਉਹਨਾਂ ਦੇ ਇੰਨੇ ਦਿਲ ਵੱਧ ਚੁੱਕੇ ਨੇ ਕਿ ਉਹ ਦਿਨੋ ਦਿਨ ਵੱਢ ਕੇ ਗਊਆਂ ਨੂੰ ਲੈ ਕੇ ਜਾਣ ਲੱਗ ਗਏ। ਇੱਥੇ ਜੋ ਘਟਨਾ ਵਾਪਰੀ ਹੈ, ਸਾਨੂੰ ਗਊ ਰਕਸ਼ਾ ਦਲ ਨੂੰ ਕੱਲ੍ਹ ਸੂਚਨਾ ਮਿਲੀ ਸੀ ਦਿਨ ਦੇ ਵੇਲੇ ਕਿ ਰਾਤ ਨੂੰ ਨਿਹਾਲ ਸਿੰਘ ਵਾਲਾ ਦੇ ਨੇੜੇ ਤੇੜੇ ਕਿਤੇ ਗਊਆਂ ਨੂੰ ਵੱਧ ਕੀਤਾ ਜਾ ਕੇ ਉਹਨਾਂ ਨੂੰ ਵੱਢ ਕੇ ਯੂਪੀ ਲੈ ਕੇ ਜਾਣਾ ਹੈ ਔਰ ਟੀਮ ਵੀ ਸਹਾਰਨਪੁਰ ਤੋਂ ਆ ਰਹੀ ਹੈ। ਅਤੇ ਅਸੀਂ ਰਾਤ ਫਿਰ ਐਸ ਐਸ ਪੀ ਸਾਹਿਬ ਨਾਲ ਫੋਨ 'ਤੇ ਤਾਲਮੇਲ ਕਰਿਆ, ਐਸ ਐਸ ਪੀ ਸਾਹਿਬ ਨੇ ਵੀ ਸਾਡਾ ਬਹੁਤ ਸਾਥ ਦਿੱਤਾ। ਐਸ ਪੀ ਸਾਹਿਬ ਮੌਕੇ 'ਤੇ  8-9 ਗੱਡੀਆਂ ਲੈ ਕੇ ਅਤੇ 50-60 ਮੁਲਾਜ਼ਮ ਲੈ ਕੇ ਆਪਣੀ ਫੋਰਸ ਲੈ ਕੇ ਪਹੁੰਚੇ। 60-70 ਬੰਦੇ ਸਾਡੇ ਵੀ ਸੀਗੇ ਗਊ ਰਕਸ਼ਾ ਦਲ ਦੇ,
ਅਤੇ ਉਸ ਤੋਂ ਬਾਅਦ ਅਸੀਂ 11 ਕੁ ਵਜੇ ਇੱਥੇ ਜਦੋਂ ਰੇਡ ਮਾਰੀ ਅਤੇ ਕਾਫੀ ਬੰਦੇ ਪਿੱਛੋਂ ਕੰਧਾਂ ਟੱਪ ਕੇ ਭੱਜ ਗਏ ਲੇਕਿਨ ਉਹਦੇ ਪਿੱਛੋਂ 4 ਮੌਕੇ 'ਤੇ ਗ੍ਰਿਫਤਾਰ ਕਰ ਲਿੱਤੇ ਗਏ ਮੁੰਡਿਆਂ ਨੇ ਜਾ ਕੇ ਧਾਨਾਂ ਦੇ ਵਿੱਚੋਂ ਲੱਭੇ ਔਰ ਉਸ ਤੋਂ ਬਾਅਦ ਕੁਛ ਲੋਕਲ ਬੰਦਿਆਂ ਨੂੰ ਵੀ ਇੱਥੋਂ ਪਕੜਿਆ ਗਿਆ ਮੈਂ ਦਰਸ਼ਨ ਰਾਣਾ ਗੌਰ ਰੱਖਿਆ ਦਲ ਮੀਡੀਆ ਪਰਿਵਾਰੀ आज कल रात को हमें एक सूचना मिली कि यहाँ बिलासपुर में कोई ना गायें काटी जाती हैं जिसकी हमने पुलिस को इत्तला की। मौके पे पुलिस प्रशासन ने साथ दिया, 50 से 60 लोग मौके पे पहुँचे, एसपी साहब खुद एसपीडी वो भी मौके पे पहुँचे। जब यहाँ पे रात को रेड की गई तो यहाँ पे मौके पे 2 बंदे पकड़े गए हैं और काफ़ी मात्रा में गऊ काटी गई हैं, तकरीबन 17 से 18 मात्रा में यहाँ पे गऊ काटी गई है।